ਪੰਜਾਬ ਦੀ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਇਤਿਹਾਸਿਕ ਜਿੱਤ ਤੋਂ ਬਾਅਦ ਸੀਐਮ ਭਗਵੰਤ ਮਾਨ ਦੀ ਸਰਕਾਰ ਦਾ ਗਠਨ ਹੋ ਚੁੱਕਾ ਹੈ। ਉਹਨਾਂ ਵੱਲੋਂ ਹਰ ਦਿਨ ਨਵੇਂ ਐਲਾਨ ਕੀਤੇ ਜਾ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਕਈ ਵਾਰ ਕਿਸਾਨ ਪੱਖੀ ਤੇ ਕਈ ਵਾਰ ਪੜ੍ਹਾਈ ਦੇ ਬਾਰੇ ਤੇ ਕਈ ਵਾਰ ਜਿਹੜੇ ਸ਼ਰਾਰਤੀ ਅਨਸਰ ਹਨ ਉਹਨਾਂ ਤੇ ਠੱਲ ਪਾਉਣ ਸੰਬੰਧੀ ਉਹਨਾਂ ਵੱਲੋਂ ਆਏ ਦਿਨ ਵੱਡੇ ਐਲਾਨ ਕੀਤੇ ਜਾ ਰਹੇ ਹਨ। ਤੇ ਇਹਨਾਂ ਹੀ ਐਲਾਨਾਂ ਦੇ ਦੌਰਾਨ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਟਾਸਕ ਫੋਰਸ ਦਾ। ਸੀਐਮ ਮਾਨ ਵੱਲੋਂ ਇੱਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ ਜੋ ਕਿ ਪੰਜਾਬ ਦੇ ਵਿੱਚੋਂ ਸ਼ਰਾਰਤੀ ਅਨਸਰਾਂ ਨੂੰ ਖਤਮ ਕਰੇਗੀ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਸਪੈਸ਼ਲ ਟਾਸਕ ਫੋਰਸ ਐਕਸ਼ਨ ਮੋਡ ਵਿੱਚ ਆ ਚੁੱਕੀ ਹੈ। ਜੀ ਹਾਂ, ਅੱਜ ਦੀ ਖਬਰ ਜੁੜੀ ਹੈ ਮੁਕਤਸਰ ਤੋਂ। ਮੇਰੇ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਬੜੀ ਮੁਸਤੈਦੀ ਨਾਲ ਟਾਸਕ ਫੋਰਸ ਨੇ ਇੱਕ ਮਸਲਾ ਸੁਲਝਾ ਲਿਆ ਹੈ। ਜਾਣਕਾਰੀ ਦਿੰਦੇ ਹੋਏ ਸਪੈਸ਼ਲ ਟਾਸਕ ਫੋਰਸ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਗੋਰਖਪੁਰ ਤੋਂ ਇੱਕ ਕਾਰ ਵਿੱਚ ਦੋ ਆਦਮੀ ਸਵਾਰ ਹੋ ਕੇ ਪਿੰਡ ਵੜਿੰਗ ਵਿਖੇ ਪੰਜਾਬੀ ਢਾਬੇ ਕੋਲ ਜਾ ਰਹੇ ਸਨ ਜਿੱਥੇ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ। I-20 ਕਾਰ ਪੁਲਿਸ ਦੇ ਨਾਕੇ ਨੂੰ ਵੇਖ ਕੇ ਪਿੱਛੇ ਨੂੰ ਭੱਜਣ ਲੱਗੀ। ਜਦ ਪੁਲਿਸ ਦੇ ਨਾਕੇ ਨੂੰ ਵੇਖ ਕੇ ਅਜਿਹਾ ਵਰਤਾਵ ਕਾਰ ਸਵਾਰਾਂ ਦਾ ਵੇਖਿਆ ਗਿਆ ਤਾਂ ਪੁਲਿਸ ਮੁਸਤੈਦ ਹੋ ਗਈ। ਤਾਂ ਪੁਲਿਸ ਨੇ ਆਪਣੇ ਸਹਾਇਕ ਥਾਣੇਦਾਰ ਕੁਲਬੀਰ ਸਿੰਘ ਅਤੇ ਉਸਦੇ ਸਾਥੀਆਂ ਨੇ ਕਾਰ ਨੂੰ ਘੇਰਾ ਪਾ ਲਿਆ ਅਤੇ ਉਸਨੂੰ ਭੱਜਣ ਤੋਂ ਰੋਕ ਲਿਆ। ਮੌਕੇ ਤੋਂ ਹੋਈ ਤਲਾਸ਼ੀ ਤੋਂ ਬਾਅਦ ਉਹਨਾਂ ਦੇ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਹੈਰੋਇਨ ਦੀ ਕੀਮਤ 1 ਕਰੋੜ ਦੱਸੀ ਜਾ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਕਾਰ ਵਿੱਚ ਦੋ ਨੌਜਵਾਨ ਸਵਾਰ ਸਨ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਅਤੇ ਸ਼ਨਾਖਤ ਦੌਰਾਨ ਉਹਨਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ। ਇਹਨਾਂ ਦੋਸ਼ੀਆਂ ਦੀ ਪਹਿਚਾਣ ਬਲਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਅਮਰਜੀਤ ਸਿੰਘ ਉਰਫ ਅੰਬੀ ਪੁੱਤਰ ਦਲੇਰ ਸਿੰਘ ਵਾਸੀ ਹੜਾਖੇੜਾ ਵਜੋਂ ਹੋਈ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਅਜਿਹੇ ਘਟਨਾਵਾਂ ਤੇ ਠੱਲ ਪਾਉਣ ਦੇ ਲਈ ਸੀਐਮ ਮਾਨ ਵੱਲੋਂ ਜੋ ਟਾਸਕ ਫੋਰਸ ਦਾ ਗਠਨ ਕੀਤਾ ਗਿਆ, ਜੇਕਰ ਅਜਿਹਾ ਚੱਲਦਾ ਰਿਹਾ ਤੇ ਜਲਦ ਹੀ ਤਸਕਰ ਕਾਬੂ ਕੀਤੇ ਜਾਂਦੇ ਰਹਿਣਗੇ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਦੋਨਾਂ ਨੌਜਵਾਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਏਗੀ। ਕੀ ਕਹਿਣਾ ਸੀ ਪੁਲਿਸ ਵਾਲਿਆਂ ਦਾ, ਆਓ ਸੁਣਦੇ ਹਾਂ। ਕੱਲ ਮਿਤੀ 8/4/22 ਨੂੰ ਇਸੇ ਕੁਲਵੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਵੜਿੰਗ ਪੰਜਾਬੀ ਢਾਬੇ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ ਅਤੇ ਕੋਟਕਪੁਰਾ ਸਾਈਡ ਤੋਂ ਇੱਕ ਕਾਰ I-20 ਨੰਬਰੀ PB30U95 ਜਿਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਡਰਾਈਵਰ ਨੇ ਬ੍ਰੇਕਾਂ ਮਾਰ ਕੇ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਅਤੇ ਸ਼ੱਕ ਦੀ ਬਣਾ 'ਤੇ ਇਹਨੂੰ ਘੇਰਾ ਪਾ ਕੇ ਕਾਬੂ ਕੀਤਾ ਅਤੇ ਫਿਰ ਮੈਨੂੰ ਇਹਨਾਂ ਨੇ ਕਾਲ ਕੀਤੀ। ਫਿਰ ਮੈਂ ਮੌਕੇ 'ਤੇ ਪਹੁੰਚਿਆ, ਜੋ ਮੌਕੇ 'ਤੇ ਵੇਖਿਆ ਤਾਂ ਇਹਨਾਂ ਦੇ ਗੀਅਰ ਲੀਵਰ ਦੇ ਪਾਸ ਚਿੱਟੇ ਲਿਫਾਫੇ ਵਿੱਚ ਨਸ਼ੀਲਾ ਪਦਾਰਥ ਪਿਆ ਸੀ, ਜਿਨ੍ਹਾਂ ਨੂੰ ਪੁੱਛਗਿੱਛ ਕੀਤੀ। ਪੁੱਛਗਿੱਛ ਤੋਂ ਬਾਅਦ ਫਿਰ ਸ਼੍ਰੀ ਸੰਪੂਰਨ ਸਿੰਘ DSP STF ਨੂੰ ਮੌਕੇ 'ਤੇ ਬੁਲਾਇਆ, ਉਹਨਾਂ ਦੀ ਹਾਜ਼ਰੀ ਵਿੱਚ ਜਿਹੜਾ ਚਿੱਟੇ ਲਿਫਾਫੇ ਦੀ ਤਲਾਸ਼ੀ ਕੀਤੀ ਅਤੇ ਕਾਰ ਦੀ ਤਲਾਸ਼ੀ ਕੀਤੀ, 600 ਗ੍ਰਾਮ ਇਹਨਾਂ ਤੋਂ ਹੈਰੋਇਨ ਬਰਾਮਦ ਹੋਈ ਹੈ ਜੀ। ਇਹਦੀ ਕੀਮਤ ਅੰਦਾਜ਼ਾ ਲਾਉਣਾ ਤਾਂ ਮੁਸ਼ਕਲ, ਵੈਸੇ ਕਰੋੜਾਂ ਰੁਪਏ 'ਚ ਇਹਦੀ ਕੀਮਤ ਬਣਦੀ ਹੈ, ਅੰਤਰਰਾਸ਼ਟਰੀ ਜਿਹੜੀ ਕੀਮਤ ਆ ਕਰੋੜਾਂ ਰੁਪਏ 'ਚ ਆ। ਇਸ ਸੰਬੰਧੀ ਅਸੀਂ STF SAS ਨਗਰ ਮੁਹਾਲੀ ਵਿਖੇ ਪਰਚਾ ਦਰਜ ਕਰਾਇਆ ਦੋਸ਼ੀਆਂ ਦੇ ਖਿਲਾਫ਼। ਦੋਸ਼ੀਆਂ ਨੂੰ ਕੱਲ੍ਹ ਅਸੀਂ ਬੰਦਾ ਹੌਲ ਥਾਣਾ ਕਰਾਇਆ ਬਰੀ ਵਾਲੇ ਅਤੇ ਅੱਜ ਅਸੀਂ ਪੇਸ਼ ਅਦਾਲਤ ਕਰਕੇ ਇਹਨਾਂ ਰਿਮਾਂਡ ਮੰਗਦੇ ਹਾਂ। ਮੁੱਢਲੀ ਪੁੱਛਗਿੱਛ 'ਚ ਹਜੇ ਤੱਕ ਇਹਨਾਂ ਨੇ ਕੋਈ ਮੁਕੰਮਲ ਨਾਂ ਨਹੀਂ ਦੱਸਿਆ ਜਿੱਥੋਂ ਲੈ ਕੇ ਆਏ ਇਹ। ਅਸੀਂ ਅੱਜ ਪੁਲਿਸ ਰਿਮਾਂਡ ਲੈ ਕੇ ਅਤੇ ਫਰਦਰ ਪੁੱਛਗਿੱਛ ਕਰਾਂਗੇ। ਪੰਜ ਦਿਨ ਦਾ ਪੁਲਿਸ ਰਿਮਾਂਡ ਦੀ ਮੰਗ ਕਰਾਂਗੇ ਅੱਜ ਅਸੀਂ ਅਦਾਲਤ 'ਚ ਪੇਸ਼ ਕਰ ਰਹੇ ਹਾਂ ਜੀ। ਸਕਾਨਸ ਪੰਜਾਬ ਦੇ ਲਈ ਮੁਕਤਸਰ ਤੋਂ ਅਸ਼ਫਾਕ ਟੁੱਡੀ ਦੀ ਰਿਪੋਰਟ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।